ਸਤਪਾਲ ਸ਼ਰਮਾ ਜੀ ਸੰਬੋਧਨ ਕਰਨਗੇ। ਵੱਖ ਵੱਖ ਪਿੰਡਾਂ ਤੇ ਇਹਨੂੰ ਢਲੋ, ਆਓ ਜੀ ਆਓ। ਫਰੀਦਕੋਟ ਲਿਆ ਕੇ ਕਰਮਜੀਤ ਨੂੰ ਬਾਹਰੋਂ ਲਿਆਂਦਾ, ਹੁਣ ਕਿੱਥੇ ਗਏ ਨੇ ਆਪੀ ਦੇਖੋ, ਆਪਣੇ ਆਪੀ ਗੱਡੀ ਚ ਬੈਠੋ। ਕੀ ਲੱਗਦਾ ਹੈਗਾ ਆਉਣ ਵਾਲੇ ਦਿਨਾਂ ਚ ਰਿਜ਼ਲਟ ਕਿਹੋ ਜਿਹੇ ਲੱਗਦੇ ਨੇ? ਚੀਜ਼ ਵਧੀਆ ਮਿਲਣਗੇ ਜੀ, ਬਹੁਤ ਵਧੀਆ, ਬਹੁਤ ਵਧੀਆ ਰਿਜ਼ਲਟ ਆਉਣਗੇ। ਮੈਡਮ ਰਣਜੀਤ ਕੌਰ ਜੀ ਸਾਡੇ ਨਾਲ ਨੇ, ਆਪਣਾ ਪਿਆਰ ਤੇ ਆਸ਼ੀਰਵਾਦ ਦੇਣ ਲਈ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ੍ਰੀਮਾਨ ਰਣਜੀਤ ਕੌਰ ਜੀ ਦਾ। ਕਰਮਜੀਤ ਅਨਮੋਲ ਜੀ ਦੇ ਨਾਲ ਸਿੰਧੂ ਢਿੱਲੋਂ ਜੀ, ਦੇਵ ਖਰਾੜ ਜੀ, ਸ੍ਰੀਮਾਨ ਰਣਜੀਤ ਕੌਰ, ਜੱਗੀ ਧਾਲੀਵਾਲ, ਤੁਹਾਡਾ ਪਿਆਰ, ਤੁਹਾਡੇ ਫਲ ਸਾਡੇ ਸਿਰ ਮੱਥੇ, ਤੁਹਾਡੀਆਂ ਦੁਆਵਾਂ ਲੈ ਕੇ ਤੁਹਾਡਾ ਸੁਭਾਅ ਲੈ ਕੇ
ਦਰਜ ਕਰੋ ਤੇ ਉੱਥੇ CID ਪੁਲਿਸ ਇੰਟੈਲੀਜੈਂਸੀਆਂ ਉੱਥੇ ਕਿੱਥੇ ਸੀ? ਅਣਪਛਾਤਿਆਂ 'ਤੇ ਪਰਚਾ ਦਰਜ ਕਰਤਾ ਕੀ ਬਾਈ? ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ। 21 ਸਾਲ ਦਾ ਨੌਜਵਾਨ ਚਲਾ ਗਿਆ। ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ। ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ, ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ, ਸੰਯੁਕਤ ਮੋਰਚੇ ਦੀ ਕਾਲ ਹੈ, ਜਥੇਬੰਦੀਆਂ ਦੇ ਆਗੂ ਨੇ, ਅਤੇ ਕੀ ਕਿਸਾਨਾਂ ਨੂੰ ਇਹ ਬੋਲਣਾ, ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ, ਅਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ, ਇਹਨਾਂ ਦੇ ਵਿੱਚ ਹੀ ਆਉਣਾ, ਇਹਨਾਂ ਤੋਂ ਹੀ ਵੋਟਾਂ ਲੈਣੀਆਂ, ਅਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਹੈ? ਅਤੇ ਅੱਜ BJP ਦਾ ਅੱਜ ਪੁਖਤਾ ਤੌਰ 'ਤੇ ਵਿਰੋਧ ਹੋ ਰਿਹਾ, ਉਹਦਾ ਬਾਈਕਾਟ ਕੀਤਾ, ਅਤੇ ਪਿੰਡਾਂ 'ਚ ਅਸੀਂ ਵੜਨ ਨਹੀਂ ਦਿੰਦੇ, ਨਾ ਉਹਨਾਂ ਦੀ ਸਟੇਜ ਲੱਗਣ ਦੇਈਏ। ਸੋਨੂੰ ਇਕੱਲੇ ਸਵਾਲ ਅੱਜ ਸੱਤਾ 'ਚ ਬੈਠੇ ਹੋ ਤੁਸੀਂ। ਭਗਵੰਤ ਮਾਨ ਜੀ ਨੇ ਇਹ ਕਿਹਾ ਵੀ ਸੱਥਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ, ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ, ਅਤੇ ਜਦੋਂ ਅੱਜ ਸਵਾਲ ਪੁੱਛਦੇ ਹੈ ਅਤੇ ਫਿਰ ਅੱਜ ਕਿਉਂ ਤਕਲੀਫ? ਅੱਜ ਅਧਿਆਪਕ, ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵੱਟ ਬਕਸਾਂ 'ਤੇ ਬੈਠੇ, ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅੱਜ ਇਹੀ ਮਸਲੇ ਤੁਹਾਡੇ ਵਿੱਚ ਦਰਬਾਰ ਦੇ ਵਿੱਚ ਰੱਖ ਰਹੇ। ਘਰ ਪਾਉਣ ਵਾਲਾ ਫਸਲ 'ਤੇ ਆਸਾਂ ਹੁੰਦੀਆਂ, ਫਸਲਾਂ ਮਰ ਗਈਆਂ, ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ, ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ। ਦੇਖੋ ਜੀ, ਆਪਾਂ ਤੁਹਾਡੇ ਨਾਲ ਹਾਂ, ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ, ਵੀ ਪੂਰੇ ਡਟ ਕੇ ਖੜ੍ਹੇ ਸੀ, ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ, ਹੁਣ ਵੀ ਤੁਹਾਡੇ ਨਾਲ ਹਾਂ, ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂੰਗਾ। ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ 'ਚ ਪਹਿਲਾਂ ਵੀ ਲਿਆਂਦੀਆਂ ਅਤੇ ਦੁਬਾਰਾ ਫਿਰ ਲਿਆਂਦਾ, ਮੈਂ 4 ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ, ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ, ਅਤੇ ਜੋ ਦਿਲ ਖੋਲ੍ਹ ਕੇ ਤੁਸੀਂ ਆਪਣੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋਊਗਾ। ਨਹੀਂ, ਮੰਗਾਂ ਤੁਹਾਨੂੰ ਰੱਖਤੀਆਂ ਨਹੀਂ, ਮੁਆਵਜ਼ਾ ਤੁਸੀਂ ਕਰੋ। ਹੁਣ ਮਾਨ ਸਾਹਿਬ ਤਾਂ ਇਹ ਵੀ ਆ ਰਹੇ ਹੁੰਦੇ ਸੀ, ਮਾਨ ਸਾਹਿਬ ਨਾਰਾ ਲਾਉਂਦੇ ਆ ਭਗਤ ਸਿੰਘ ਦੇ ਰਾਹ 'ਤੇ ਚੱਲਿਆ, ਬਹੁਤ ਵਧੀਆ ਗੱਲ ਆ, ਚੱਲਣਾ ਚਾਹੀਦਾ। ਮਾਨ ਸਾਹਿਬ ਨਾਰਾ ਲਾਉਂਦੇ ਆ, ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ, ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ। ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ, ਸਾਮਰਾਜਵਾਦ ਮੁਰਦਾਬਾਦ। ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦੇਣ ਲੋਕਾਂ ਦੇ ਵਿੱਚ ਵੀ ਮੈਂ ਵਾਕਈ ਆਮ ਘਰ ਦਾ ਮੁੰਡਾ, ਪਰ ਇਹ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ, ਇਹਨੂੰ ਹੱਥ ਘੜੀਆਂ ਲੱਗੀਆਂ ਹੋਈਆਂ, ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ। ਪਰ ਤੁਸੀਂ ਆਹਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ, ਮੀਟਿੰਗ ਇਹ ਦਿਨਾਂ 'ਚ ਤਾਂ ਹੋਣੀ ਨਹੀਂ, ਚੋਣਾਂ ਦੇ ਵਿੱਚ ਬਿਜ਼ੀ ਨੇ, ਅਤੇ ਜਿਹਦੇ ਘਰੇ ਕਣਕ ਹੈ ਨਹੀਂ, ਅੱਜ ਦਾਣਾ ਹੈ ਨਹੀਂ, ਉਹ ਕਿੱਧਰ ਨੂੰ ਜਾਣਾ? ਉਹਨਾਂ ਤੱਕ ਇਹ ਗੱਲ ਪਹੁੰਚਾਈ ਵੀ ਇਹ ਦੁਬਾਰਾ ਫਿਰ ਪਹੁੰਚਾ ਦਾਂਗੇ, ਕੋਈ ਨਹੀਂ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ, ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਹੀ ਭਰਾ, ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗੇ। ਤੁਸੀਂ ਸਾਡੇ ਭਰਾ ਹੈ, ਅਸੀਂ ਮੰਨ ਰਹੇ ਹਾਂ, ਪਰ ਤੁਸੀਂ ਆ ਜਦੋਂ ਕੁਰਸੀ 'ਤੇ ਜਾ ਕੇ ਉਸ 'ਤੇ ਆਪਾਂ ਬਹਿ ਜਾਂਦੇ ਹਾਂ, ਉਹ ਕੁਰਸੀ ਜਕੜ ਲੈਂਦੀ ਹੈ, ਉਹ ਕੁਰਸੀ ਕਾਰਪੇਟਾਂ ਦੇ ਹੱਕੀ ਚੱਲੀ ਜਾਂਦੀ, ਉਹ ਵਿਸ਼ਵ ਪਰ। ਜਦੋਂ ਮੇਰੇ ਕੋਲ ਕੁਰਸੀ ਮਿਲੀ, ਤੁਸੀਂ ਮੈਨੂੰ ਇਹ ਸਵਾਲ ਕਰੋ ਮੈਂ ਤੁਹਾਡੇ ਨਾਲ ਖੜਾਂ ਜਾਂ ਕਿਸੇ ਨਾਲ? ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾ। ਅੱਜ ਤੁਸੀਂ MP ਹੋ, ਹਾਂਜੀ, ਅਸੀਂ ਮੰਨ ਕੇ ਚੱਲ ਰਹੇ ਹਾਂ, ਨਹੀਂ ਨਹੀਂ ਤੁਸੀਂ ਅੱਜ ਟਿਕਟ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ, ਠੀਕ ਹੈ, ਅਸੀਂ ਮੰਨਦੇ ਹਾਂ ਇਹ ਚੀਜ਼ ਨੂੰ। ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਦੇ ਖਾਤੇ 'ਚ, ਨਾਲੇ ਮਾਨ ਸਾਹਿਬ ਤਾਂ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ, ਅਤੇ ਖਜ਼ਾਨਾ ਭਰਿਆ ਤਾਂ ਫਿਰ ਵੰਡੋ। 1,000 ਰੁਪਇਆ ਆਪਾਂ ਬੀਬੀਆਂ ਦਾ ਵਾਅਦਾ ਕੀਤਾ ਸੀ ਉਹ ਨਹੀਂ ਆਇਆ, 2,500 ਪੁਲਿਸਾਂ ਦਾ ਵਾਅਦਾ ਕੀਤਾ ਸੀ ਉਹ ਨਹੀਂ ਆਇਆ। ਜਿਹੜੇ ਇਹ ਬਾਈ ਜੀ ਵਾਅਦੇ ਹੁੰਦੇ ਨੇ 5 ਸਾਲ ਲਈ ਹੁੰਦੇ ਨੇ, ਇੱਕ ਦੋ ਸਾਲ ਲਈ ਤਾਂ ਨਹੀਂ ਹੁੰਦੇ ਨਾ, ਅਜੇ 3 ਸਾਲ ਹੋਰ ਪਏ ਆ। ਜੇ ਮੇਰੀ ਗੱਲ ਸੁਣੋ, ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਆ, ਬਿਜਲੀ ਵੀ ਮੁਫਤ ਹੋਈ ਹੈ, ਕਿੰਨੇ ਵਾਅਦੇ ਪੂਰੇ ਕੀਤੇ, ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਏ, ਪਹਿਲੀਆਂ ਗੌਰਮੈਂਟਾਂ ਨੇ ਕਦੇ ਕੀਤਾ ਸੀਗਾ? ਬਾਕੀ ਕਿੰਨਾ ਕੁਛ ਕੀਤਾ ਉਹ ਵੀ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ। ਤੁਸੀਂ ਸ਼ਹੀਦੇ ਆਦਮ ਸਰਦਾਰ ਭਗਤ ਸਿੰਘ ਸਮਾਧ ਤੋਂ ਇਹ ਜਥੇਬੰਦੀ ਦੀ ਨੀਂਹ ਰੱਖੀ ਸੀ, ਤੁਰੇ ਸੀ ਭਾਰਤੀ ਜੀ, ਬਹੁਤ ਵਧੀਆ ਸੀ। ਭਗਤ ਸਿੰਘ ਇੱਕ ਕਾਰਪੋਰੇਟ ਘਰਾਣੇ ਦੇ ਖਿਲਾਫ, ਇੱਕ ਬਹੁਰਾਸ਼ਟਰੀ ਕੰਪਨੀਆਂ ਦੇ ਖਿਲਾਫ, ਸਾਮਰਾਜ ਲਟੇਰਿਆਂ ਦੇ ਖਿਲਾਫ ਲੜਿਆ ਸੀ। ਪਰ ਹੋਇਆ ਕੀ ਹੈ, ਆਹ ਜਦੋਂ ਹੁਣ ਦਾਣਾ ਮੰਡੀਆਂ ਚੱਲਦੀਆਂ ਸੀ ਅਤੇ ਤੁਸੀਂ
ਤੁਸੀਂ ਕੀ ਕੀਤਾ, 9 ਮਾਰਕੀਟ ਕਮੇਟੀਆਂ 26 ਮਾਰਕੀਟ ਕਮੇਟੀਆਂ ਖਤਮ ਕਰਤੀਆਂ ਅਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਦੀਆਂ ਕੋਈ ਖਤਮ। ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਪਦੇ ਸੰਘਰਸ਼ ਦੇ ਨਾਲ ਤੁਹਾਡਾ ਫੈਸਲਾ ਵਾਪਸ ਕਰਨਾ ਪਿਆ, ਤੁਸੀਂ ਤੁਰੇ ਉੱਧਰ ਨੂੰ ਹੈ, ਪਹਿਲਾਂ ਹੀ ਲੈ ਗਿਆ ਸੀ ਜੀ, ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ। ਕਰਮਜੀਤ ਬਾਈ ਅਜੇ ਵੀ ਪੁੱਛੋ, ਨਹੀਂ ਨਹੀਂ ਇੱਕ ਮਿੰਟ ਸੁਣ ਲਓ, ਕੋਈ ਗੱਲ ਨਹੀਂ ਬਿਰਤਪਾਲ ਬਾਈ, ਲੋਕ ਹੈ ਕੋਈ ਗੱਲ ਨਹੀਂ, ਮੈਂ ਤੁਹਾਨੂੰ ਇੱਕ ਸਵਾਲ ਆਦਾ, ਤੁਸੀਂ ਇਸ ਚੀਜ਼ ਨੂੰ ਮੁਆਵਜ਼ੇ ਵਾਲੇ ਨੂੰ ਪਾਈਪ ਲਾਈਨ ਵਾਲੇ ਨੂੰ ਬਾਈ ਹਲਕੇ ਚ ਨਾ ਦਿਓ, ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮੁਆਵਜ਼ਾ ਪਾਓ, ਨਹੀਂ ਫਿਰ ਸੰਘਰਸ਼ਾਂ ਚ ਆਵਾਂਗੇ, ਤੁਸੀਂ ਮਜਬੂਰ ਨਾ ਕਰੋ।